ਨਸ਼ੇ ਨੂੰ ਰੋਕਣ ਲਈ ਭਾਵੇਂ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਕਪੂਰਥਲਾ ਦੇ ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਪਿੰਡ ਬਿੰਦੀਪੁਰ ਦੇ ਲੋਕ ਆਪਣੇ ਪਿੰਡ ਦੀ ਕੁਝ ਹੋਰ ਹੀ ਕਹਾਣੀ ਬਿਆਨ ਕਰਦੇ ਨੇ। ਪਿੰਡ ਦੇ ਲੋਕਾਂ ਦੇ ਅਨੁਸਾਰ ਪਿੰਡ ਵਿੱਚ ਇੱਕ ਨਸ਼ਾ ਵੇਚਣ ਵਾਲਾ ਸਮਗਲਰ ਤੋਂ ਪਿੰਡ ਦੁਖੀ ਹੈ। ਇਹ ਨਸ਼ਾ ਤਸਕਰ ਹਰ ਪ੍ਰਕਾਰ ਦਾ ਨਸ਼ਾ ਵੇਚਦਾ ਹੈ, ਜਿਸ ਤੋਂ ਪਿੰਡ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ। ਲੋਕਾਂ ਮੁਤਾਬਿਕ ਇਹ ਸਮਗਲਰ ਅਵੈਧ ਸ਼ਰਾਬ ਲਿਆ ਕੇ ਉਸ ਵਿੱਚ ਕੈਪਸੂਲ ਮਿਲਾ ਕੇ ਉਸ ਨੂੰ ਵੱਡੀ ਮਾਤਰਾ ਵਿੱਚ ਵੇਚਦਾ ਹੈ, ਜਿਸ ਕਾਰਨ ਨੇੜੇ ਤੇੜੇ ਰਹਿਣ ਵਾਲੇ ਕੁਝ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਅਸੀਂ ਇਹਨਾਂ ਨਸ਼ੇੜੀਆਂ ਨੂੰ ਰੋਕਦੇ ਹਾਂ ਤਾਂ ਨਸ਼ਾ ਵੇਚਣ ਵਾਲੇ ਵਿਅਕਤੀ ਵੱਲੋਂ ਸਾਡੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ। ਬੀਤੀ ਰਾਤ ਉਸ ਵੱਲੋਂ ਤੇਜ਼ ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ, ਜਦੋਂ ਕਿ 2 ਵਿਅਕਤੀ ਹਲਕੇ ਜ਼ਖਮੀ ਹੋਏ। ਹਾਲਾਂਕਿ ਇਹਨਾਂ ਲੋਕਾਂ ਦੇ ਮੁਤਾਬਿਕ ਪੁਲਿਸ ਨਾਲ ਸੰਬੰਧਿਤ ਥਾਣਾ ਜ਼ਿਲ੍ਹਾ ਦੇ SSP ਨੂੰ ਸ਼ਿਕਾਇਤ ਵੀ ਕੀਤੀ ਗਈ, ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸ ਮਾਮਲੇ ਬਾਰੇ ਜਦੋਂ ਥਾਣਾ ਤਲਵੰਡੀ ਦੇ SHO ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਰਾਤ ਕਰੀਬ 10:30 ਵਜੇ ਥਾਣੇ ਅਤਲਾ ਆਈ ਸੀ, ਅਤੇ ਜਿੱਥੇ ਮੌਕੇ 'ਤੇ ਜਾ ਕੇ ਦੇਖਿਆ ਵੀ ਇੱਕ ਬੰਦਾ ਜ਼ਖਮੀ ਹਾਲਤ ਵਿੱਚ ਸੀ, ਉਹਨੂੰ ਜਾ ਕੇ ਹਸਪਤਾਲ ਪਹੁੰਚਾਇਆ, ਅਤੇ ਉਹਦੀ ਅਜੇ ਸਟੇਟਮੈਂਟ ਲੈਣੀ ਆ, ਅਜੇ ਉੱਥੇ ਆਪਣੇ ਜਾਣਾ ਹੈ SI ਸਾਹਿਬ ਨੇ, ਅਤੇ ਨਸ਼ੇ ਸੰਬੰਧੀ ਕੋਈ ਐਲੀਗੇਸ਼ਨ ਲਾਉਂਦੇ ਆ ਉਹ ਚੈੱਕ ਕਰ ਲਾਂਗੇ। ਅਜੇ ਅੱਜ ਹੀ ਪਤਾ ਲੱਗਾ ਵੀ ਕੋਈ ਉਹ ਵੇਚਦਾ, ਸ਼ਰਾਬ ਵੇਚਦਾ, ਅਤੇ ਐਕਸ ਸਰਵਿਸਮੈਨ ਆ, ਉਹ ਤਸਦੀਕ ਕੀਤਾ ਜਾਊਗਾ। ਜਿਸ ਤਰ੍ਹਾਂ ਦੱਸ ਰਹੇ ਸੀਗੇ ਕਿ ਤਕਰੀਬਨ 8 ਮਹੀਨੇ ਪਹਿਲਾਂ SSP ਸਾਹਿਬ ਨੂੰ ਦਰਖਾਸਤ ਦਿੱਤੀ, ਤੁਹਾਡਾ ਡਿਪਟੀ ਸਾਹਿਬ ਕੋਲ, ਡਿਪਟੀ ਸਾਹਿਬ ਕੋਲ ਤੁਹਾਡੇ ਇੱਥੇ ਥਾਣੇ ਵਿੱਚ ਦਰਖਾਸਤ ਆਈ, ਲੇਕਿਨ 8 ਮਹੀਨੇ ਤੱਕ ਕਾਰਵਾਈ ਨਹੀਂ ਹੋਈ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਦਰਖਾਸਤ ਤਾਂ ਉਹ ਪਹਿਲੇ ਕਿਤੇ 17 ਦੀ ਗੱਲ ਕੀਤੀ ਆ, ਕਿਉਂਕਿ ਇਹ ਦੋਨੋਂ ਇਹ ਗਵਾਂਢੀ ਆ, ਆਪਸ ਵਿੱਚ ਆਂਢੀ ਗਵਾਂਢੀਆਂ ਦਾ 100 ਛੋਟੀ ਛੋਟੀ ਗੱਲ ਤੋਂ ਗੱਲਬਾਤ ਹੁੰਦੀ ਰਹਿੰਦੀ ਆ, ਕੋਈ ਇੱਦਾਂ ਦੀ ਗੱਲ ਸਾਹਮਣੇ ਨਹੀਂ ਆਈ। ਹੋਰ ਕੋਈ ਨਸ਼ੇ ਦੀ ਗੱਲ ਨਹੀਂ ਹੈ? ਨਸ਼ੇ ਦੀ ਗੱਲ ਕੋਈ ਸਾਹਮਣੇ ਨਹੀਂ ਆਈ। ਅਤੇ ਜਿਸ ਤਰ੍ਹਾਂ ਉਹਨੂੰ ਕੁਛ ਵੀਡੀਓ ਵੀ ਪ੍ਰੋਵਾਈਡ ਕਰਵਾ ਰਹੇ ਆ ਕਿ ਵੀਡੀਓ ਹੈ ਸਾਡੇ ਕੋਲ ਸ਼ਰਾਬ ਵੇਚਦੇ ਆਉਂਦੇ ਆ, ਉਹ ਜਿਹੜੀ ਸ਼ਰਾਬ ਆ ਉਹਦੇ ਵਿੱਚ ਇੱਥੇ ਕੈਪਸੂਲ ਪਾਏ ਜਾਂਦੇ ਆ, ਸਭ ਕੁਝ ਕਹਿੰਦੇ, ਉਹਨਾਂ ਨਾਲ 3 ਮੌਤਾਂ ਵੀ ਦੱਸ ਰਹੇ ਹੋ। ਨਹੀਂ, ਇਹ ਸਾਡੇ ਮੇਰੇ ਤੱਕ ਤਾਂ ਕੋਈ ਇੱਦਾਂ ਦੀ ਉਹਨਾਂ ਗੱਲ ਨਹੀਂ ਕੀਤੀ, ਤੁਹਾਡੇ ਨਾਲ ਗੱਲ ਕੀਤੀ ਹੋਊਗੀ ਉਹ ਅਲੱਗ ਚੀਜ਼ ਆ, ਮੇਰੇ ਤੱਕ ਤਾਂ ਉਹਨਾਂ ਲੋਕਾਂ ਨੇ ਇਹ ਸ਼ਿਕਾਇਤ ਨਹੀਂ ਲਾਈ ਇਹ ਗੱਲ ਦੀ। ਤਾਂ ਕੋਈ ਤੁਹਾਡੇ ਕੋਲ ਇਹੋ ਜਿਹੀ ਜਾਣਕਾਰੀ ਹੈ ਕਿ ਇਹਨਾਂ ਦੀ ਸ਼ਰਾਬ ਦੇ ਨਾਲ ਕੋਈ ਮੌਤਾਂ ਹੋਈਆਂ ਹੋਣ ਇੱਥੇ? ਨਹੀਂ, ਕੋਈ ਇੱਦਾਂ ਦੀ ਗੱਲਬਾਤ ਨਹੀਂ। ਹੁਣ ਕੀ ਕਾਰਵਾਈ ਹੋਏਗੀ? ਆਪਾਂ ਹੁਣ ਅਸੀਂ ਬਿਆਨ ਲਵਾਂਗੇ, ਜੋ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ। ਪਿੰਡ ਆਪਣਾ ਵਿਧੀਪੁਰ ਆ ਜੀ। ਪਿੰਡ ਦੇ ਵਿੱਚ ਕਾਫੀ ਸਾਲਾਂ ਤੋਂ ਜਿਹੜਾ ਕਿ ਨਜਾਇਜ਼ ਨਸ਼ੇ ਦਾ ਧੰਦਾ ਹੋ ਰਿਹਾ ਵਾ, ਸ਼ਰੇਆਮ ਹੋ ਰਿਹਾ ਵਾ। ਅਸੀਂ 36 ਵਾਰੀ ਇੱਥੇ ਦਰਖਾਸਤਾਂ ਦਿੱਤੀਆਂ, ਮੈਂ ਪਿੰਡ ਦੀ ਪੰਚਾਇਤ ਆਈ ਆ, ਇੱਥੋਂ ਫੈਸਲਾ ਹੋ ਕੇ ਨਿਬੜਦਾ, ਸਹੁੰ ਖਾ ਕੇ ਉਹ ਬੰਦਾ ਚੱਲ ਜਾਂਦਾ ਪਿੰਡ, ਉੱਥੇ ਜਾ ਕੇ ਫਿਰ ਕਹਿੰਦਾ ਪੰਚਾਇਤ ਨੇ ਮੇਰਾ ਕੀ ਵਿਗਾੜ ਲਿਆ, ਪੰਚਾਇਤ ਝੂਟੇ ਲੈ ਕੇ ਆ ਗਈ ਆ, ਪੁਲਿਸ ਨਾਲ ਸਾਡੀ ਯਾਰੀ ਆ, ਕਹਿੰਦਾ ਕੀ ਕਰੂਗਾ ਇੱਥੇ ਬੰਦਾ, ਕੋਈ ਸਾਡੇ ਬੰਦੇ ਕੀ ਕਰਨਗੇ ਉੱਥੇ? ਘਰ ਘਰ ਦੇ ਵਿੱਚ ਸ਼ਰਾਬ ਪੀ ਕੇ ਲੜਾਈ ਹੁੰਦੀ ਆ। ਔਰ ਜਿਹੜੀ ਆਖਰੀ ਦਰਖਾਸਤ ਹੈ ਕਿੱਥੇ ਦਿੱਤੀ ਤੁਸੀਂ ਔਰ ਕੀ ਉੱਤੇ ਕਾਰਵਾਈ? 8ਵੇਂ ਮਹੀਨੇ ਦੇ ਪਿਛਲੇ ਸਾਲ ਦੀ 2018 ਦੀ 8ਵੇਂ ਮਹੀਨੇ 'ਚ ਦਰਖਾਸਤ ਦਿੱਤੀ ਅਸੀਂ, ਮਾਣਯੋਗ DGP ਸਾਹਿਬ ਨੂੰ ਵੀ ਉਹ ਆਪਾਂ ਚਿੱਠੀ ਪਾਈ ਆ, ਮੁੱਖ ਮੰਤਰੀ ਸਾਹਿਬ ਨੂੰ ਵੀ ਚਿੱਠੀ ਪਾਈ ਸੀਗੀ, ਅਤੇ ਇੱਥੇ HS ਇਹਨਾਂ ਨੂੰ ਵੀ ਪਾਈ ਸੀਗੀ ਚਿੱਠੀ, ਜਿਹਦਾ ਕਿ ਕੋਈ ਵੀ ਤੋੜ ਨਹੀਂ ਨਿਕਲਿਆ, ਜਿਹੜੀ ਕਿ ਮਾਰਕ ਹੋ ਕੇ ਇੱਥੇ ਆਈ ਸੀਗੀ, ਪਰ ਉਹਦਾ ਕੋਈ ਵੀ ਜ਼ਿਆਦਾ ਕੋਈ ਸਾਨੂੰ ਕੋਈ ਫਾਇਦਾ ਨਹੀਂ ਮਿਲਿਆ, ਨਾ ਅਰੈਸਟ ਕੀਤੇ ਨਾ ਕੋਈ ਪੁੱਛਗਿੱਛ ਹੋਈ ਆ। ਜਦ ਜਿਹੜੀ ਹੁਣ ਜਾ ਕੇ ਦਰਖਾਸਤ ਨਿਕਲੀ ਉਹ ਸਾਨੂੰ ਕਹਿੰਦੇ ਕਿ ਪਿਛਲੇ ਸਾਲਾਂ ਤਾਂ ਵਿੱਚ ਤਾਂ ਕੁਛ ਹੋਇਆ ਨਹੀਂ, ਅਤੇ ਤੁਸੀਂ ਇੰਨੇ ਚਿਰ ਦੇ ਕੀ ਕਰਦੇ ਸੀਗੇ, ਹੁਣ ਤੁਸੀਂ ਕੀ ਕਰਦੇ ਆ? ਕਹਿੰਦੇ ਹੁਣ ਕੀ ਕਰ ਲਓਗੇ? ਸਾਡੇ ਪਿੰਡ ਵਿਧੀਪੁਰ ਵਿਖੇ ਭਗਵਾਨ ਵਾਲਮੀਕ ਮੰਦਿਰ ਦੇ ਨਾਲ ਹੀ ਇੱਕ ਜਿਹੜਾ ਨਸ਼ਾ ਤਸਕਰ ਦਾ ਕੰਮ ਕਰ ਰਿਹਾ, ਜਿਹੜਾ ਨਸ਼ੇ ਦੀ ਸਪਲਾਈ ਕਰ ਰਿਹਾ, ਉਹ ਵੱਖ ਵੱਖ ਤਰ੍ਹਾਂ ਦੇ ਨਸ਼ੇ ਵੇਚ ਰਿਹਾ, ਉਹ ਪਤਾ ਨਹੀਂ ਆਪਣੇ ਆਪ ਵਿੱਚ ਅੰਦਰ ਉਹਦੇ ਜਾਂਦੇ ਆ, ਨਸ਼ਾ ਵੇਚ ਪੀ ਕੇ ਆ ਜਾਂਦੇ, ਅਤੇ ਉਹਦੇ ਨਸ਼ਾ ਕਰਨ ਦੇ ਨਾਲ ਸਾਡੇ ਪਿੰਡ ਦੇ ਅਤੇ ਲਾਗਲੇ ਪਿੰਡਾਂ ਦੇ ਵੀ ਕੁਝ ਲੋਕਾਂ ਦੀ ਮੌਤ ਹੋ ਚੁੱਕੀ ਆ।
ਜਿਹਦੇ ਵਿਰੁੱਧ ਅਸੀਂ ਕਾਰਵਾਈ ਕਰਨ ਲਈ ਪਿਛਲੇ ਸਾਲ ਇਹ SHO ਥਾਣਾ ਤਲਵੰਡੀ ਚੌਧਰੀਆਂ, SSP ਸਾਹਿਬ ਕਪੂਰਥਲਾ, DGP ਚੰਡੀਗੜ੍ਹ, ਇਹਨਾਂ ਨੂੰ ਵੀ ਅਸੀਂ ਲਿਖਤੀ ਜਿਹੜੀ ਕੰਪਲੇਂਟ ਉਹ ਕਰ ਚੁੱਕੇ ਸੀ, ਪਰ ਉਸ ਸਾਡੀ ਕੰਪਲੇਂਟ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਅੱਜ ਜਦੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਕੱਲ੍ਹ ਵੀ, ਫਿਰ ਉਹ ਜਿਹੜਾ ਸ਼ਖਸ ਆ ਪਿੰਡ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੂੰ ਗੰਦੀਆਂ ਗਾਲਾਂ ਕੱਢ ਰਿਹਾ, ਜਦੋਂ ਕਿਉਂ ਕੱਢ ਰਿਹਾ, ਸਾਡੇ ਜਦੋਂ ਉਹ ਸਾਡੀਆਂ ਭਾਵਨਾਵਾਂ ਨਾਲ ਖੇਡ ਰਿਹਾ ਉਹ ਸ਼ਖਸ, ਸਾਡਾ ਮੰਦਰ ਹੋਣ ਦੇ ਨਾਲ ਜਦੋਂ ਸਾਡੀਆਂ ਬੀਬੀਆਂ ਉੱਥੇ ਮੰਦਰ ਦੇ ਵਿੱਚ ਜਾਂਦੀਆਂ, ਉਹ ਬੰਦੇ ਉਹਦੇ ਘਰ ਦੇ ਬਾਹਰ ਮੰਦਰ ਦਾ ਦਰਵਾਜ਼ਾ ਨਾਲ ਹੋਣ ਦਾ ਕਰਕੇ ਉੱਥੇ ਬਾਥਰੂਮ ਕਰੀ ਜਾਂਦੇ, ਉਲਟੀਆਂ ਕਰੀ ਜਾਂਦੇ ਆ, ਸ਼ਰਾਬਾਂ ਪੀ ਪੀ ਕੇ ਇਹਨਾਂ ਦੇ ਵਿੱਚ ਵੱਜਦੇ ਆ, ਕਈ ਵਾਰੀ ਗੰਦੇ ਕਮੈਂਟ ਵੀ ਮਾਰਦੇ ਆ। ਫਿਰ ਅਸੀਂ ਇਹਦੇ ਵਿਰੁੱਧ ਜਦੋਂ ਉਹਦੇ 'ਤੇ ਪੁਲਿਸ ਕਾਰਵਾਈ ਦੀ ਦੁਬਾਰਾ ਕੰਪਲੇਂਟ ਕੀਤੀ ਵੀ ਸਾਡੀ ਜਿਹੜੀ ਇਨਸਾਫ ਦਵਾਇਆ ਜਾਵੇ ਸਾਨੂੰ, ਹੁਣ ਅੱਜ ਵੀ ਸਾਡੀ ਪ੍ਰਸ਼ਾਸਨ ਨਹੀਂ ਸੁਣ ਰਿਹਾ, ਪ੍ਰਸ਼ਾਸਨ ਸਾਨੂੰ ਬੰਦਾ ਤੁਸੀਂ ਆਪ ਫੜ ਕੇ ਲਿਆਓ, ਬੰਦਾ ਤੁਸੀਂ ਆਪ ਫੜ ਕੇ ਲਿਆਓ। ਅਸੀਂ ਉਹਦੇ ਵਿਰੁੱਧ ਅੱਜ ਅਸੀਂ ਇਹ ਰੋਡ ਵੀ ਜਾਮ ਕੀਤਾ, ਰਾਤ ਉਸੇ ਵਿਰੁੱਧ ਇਹਨਾਂ ਨੇ ਸਾਡੇ ਮੇਰਾ ਜੋ ਕਿ ਮੇਰਾ ਬ੍ਰਦਰ ਅਮਰਜੀਤ ਸਿੰਘ, ਉਹਨੂੰ ਇਹਦੇ ਪੂਰੇ ਪਰਿਵਾਰ ਨੇ, ਉਹਨੇ ਉਹਦੇ ਘਰ ਵਾਲੀ ਨੇ, ਉਹਦੇ ਕੁਝ ਰਿਸ਼ਤੇਦਾਰ ਆਏ ਹੋਏ ਸੀ, ਜਿਨ੍ਹਾਂ ਨੇ ਫੜ ਕੇ ਬੇਸਬਾਲ ਨਾਲ ਅਤੇ ਕਿਰਪਾਨਾਂ ਦੇ ਨਾਲ ਉਹਨੂੰ ਕੁੱਟਿਆ, ਜਿਹੜਾ ਅੱਜ ਵੀ ਜੇਰੇ ਇਲਾਜ ਅਧੀਨ ਕਪੂਰਥਲਾ ਸਿਵਲ ਹਸਪੀਟਲ ਦੇ ਵਿੱਚ ਆ। ਪਰਮਜੀਤ ਕੌਰ ਸਰ, ਤੁਹਾਡੀ ਰਾਤੀ ਲੜਾਈ ਹੋਈ, ਕੀ ਗੱਲ ਹੋਈ ਹੈ ਸਰ? ਰਾਤੀ ਲੜਾਈ ਤਾਂ ਹੋਈ, ਅਸੀਂ ਇੱਥੇ ਆਏ ਸਰ ਦੇ ਕੋਲ, 200 ਬੰਦਾ ਮੈਂ ਲੈ ਕੇ ਆਈ, ਇਹ ਕਹਿੰਦੇ ਇਹਨਾਂ ਸਰ ਨੇ ਹਨਾ ਉਹਨੇ ਸਹੁੰ ਖਾ ਲਈ, ਉਹਨੇ ਮਤਲਬ ਮੂੰਹੋਂ ਨਹੀਂ ਕਿਹਾ ਵੀ ਮੈਂ ਸਹੁੰ ਖਾਣਾ, ਇਹ ਵਿਕਰ ਸਰ ਜਿਹੜੇ ਆ, ਅਤੇ ਇਹ ਕਹਿੰਦੇ ਵੀ ਉਹਨੇ ਸਹੁੰ ਖਾ ਲਈ ਆ, ਵੀ ਚਲੋ ਠੀਕ ਆ ਤੁਸੀਂ ਮੌਕਾ ਦੇਵੋ, ਜੇ ਮੁੜ ਕੇ ਵੇਚੂਗਾ ਤਾਂ ਇਹਨੂੰ ਚੱਕ ਕੇ ਮੈਂ 10 ਸਾਲ ਦੀ ਸਜ਼ਾ ਦਊਂਗਾ, ਦੂਜੀ ਵਾਰੀ ਤੁਸੀਂ ਆਏ ਸਰ। ਉਹ ਜਾਂਦਾ ਹੀ ਉਸ ਵੇਲੇ ਸ਼ਰਾਬ ਵੇਚਣ ਲੱਗ ਪਿਆ, ਕਹਿੰਦਾ ਮੈਂ ਨਹੀਂ ਹਟਣਾ, ਕਹਿੰਦਾ ਮੈਨੂੰ ਪਰੂਫ ਚਾਹੀਦੇ। ਅਸੀਂ ਪਰੂਫ ਵੀ ਲਏ ਆ, ਸਾਡੇ ਪਿੰਡ ਦੇ ਮੁੰਡੇ ਮੈਂ ਬਾਲੇ ਚੌਂਕਾਂ 'ਤੇ ਜਿਹੜਾ ਭਾਈ ਲਾਮ ਲਾਉਂਦਾ ਅਸੀਂ ਭਜਾਉਂਦੇ ਸੀ, ਉਹਨੇ ਰਾਤੀ ਜਦੋਂ ਅਸੀਂ ਭਜਾਉਂਦੇ ਸੀ ਉਹਨਾਂ ਨੇ ਮੇਰੇ ਘਰ ਵਾਲੇ ਨੂੰ ਵੱਢ ਟੋਕ ਕਿਰਪਾਨਾਂ ਲੈ ਕੇ ਮਾਰਿਆ, ਪਹਿਲਾਂ ਮੇਰੇ ਮਾਰੀਆਂ, ਉਹਦੇ ਘਰ ਵਾਲੀ ਨੇ, ਉਹਦੇ ਘਰ ਵਾਲੀ ਵੇਚਦੀ ਆ, ਆਪ ਕੁਰਸੀ ਡਾ ਕੇ ਬਾਹਰ ਬਹਿ ਜਾਂਦਾ, ਕਹਿੰਦਾ ਇੱਦਾਂ ਤੁਸੀਂ ਹਟਾ ਲਉਂਗੇ ਸ਼ਰਾਬ ਵੇਚਣੋਂ, ਇਹ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ, ਰੱਕ ਕੇ ਸਰ ਅਸੀਂ ਆਏ ਹਾਂ। ਕੀ ਤੁਹਾਡਾ ਅਤੇ ਕਿਹੜਾ ਪਿੰਡ ਹੈ ਔਰ ਕੀ ਗੱਲ ਕੀ ਹੈ? ਮੇਰਾ ਨਾਮ ਬਲਵਿੰਦਰ ਕੌਰ, ਪਿੰਡ ਸਾਡਾ ਵਿਧੀ ਕੌਰ ਆ। ਹਾਂਜੀ, ਕੀ ਗੱਲ ਕੀ ਹੋਈ ਹੈ? ਕੀ ਉਸ ਪਿੰਡ ਵਿੱਚ ਨਸ਼ਾ ਵੇਖ ਰਿਹਾ, ਅਸੀਂ ਉਸ ਆਪਣੇ ਵਿਰੋਧ ਇੱਥੇ ਆਏ ਸੀ ਚੌਂਕੀ ਵਿੱਚ, ਇਹ ਚੌਂਕੀ ਵਾਲੇ ਸਾਨੂੰ ਕਿਹਾ ਸੀਗਾ ਵੀ ਅਸੀਂ ਉਹਦਾ ਮਸਲਾ ਹੱਲ ਕਰ ਲਾਂਗੇ, ਪਰ ਇਹਨਾਂ ਨੇ ਕੋਈ ਮਸਲਾ ਹੱਲ ਨਹੀਂ ਕੀਤਾ, ਅਤੇ ਰਾਤ ਵਿੱਚ ਫਿਰ ਇਹ ਪੈਸੇ ਲੈ ਕੇ ਛੱਡ ਦਿੰਦੇ ਆ, ਰਾਤ ਫਿਰ ਉਹਨੇ ਜਿਹੜਾ ਵਾਕਾ ਕੀਤਾ ਉਹਨੇ ਭਿਆਨਕ ਕੀਤਾ, ਉਹਨੇ ਲਿਆਂਦੀ ਕਿਰਪਾਨ, ਲਿਆਂਦੀ ਬੈਸਬੋਲ, ਲਿਆਂਦੇ ਇਹਨਾਂ ਨੂੰ ਫੜਿਆ ਵਾ, ਅਤੇ ਇਹਨਾਂ ਨੇ ਮਾਰੀਆਂ, ਅਤੇ ਮੁੰਡਾ ਆਪਣੇ ਸਿੰਬਲ ਹਸਪਤਾਲ ਪਿਆ ਵਾ। ਸਾਡੀ ਇਹ ਤੁਹਾਡੇ ਗਾੜੀ ਬੇਨਤੀ ਆ ਵੀ ਜਿੱਥੋਂ ਤੱਕ ਇਹ ਪਹੁੰਚੇ ਲਾਂਵਲੇ ਪਿੰਡਾਂ ਦੇ ਵੀ ਉੱਥੇ ਲੇਡੀਜ਼ ਆਈਆਂ ਵਾ, ਇੰਨੇ ਲੋਕ ਆਏ ਆ ਇੱਥੇ, ਤਾਂ ਕੀ ਪੁਲਿਸ ਕੀ ਕਹਿ ਰਹੀ ਹੋ ਤੁਹਾਨੂੰ? ਕੀ ਪੁਲਿਸ ਸਾਡੀ ਸੁਣਵਾਈ ਨਹੀਂ ਕਰ ਰਹੀ, ਸਾਡੀ ਸੁਣਵਾਈ ਨਹੀਂ ਹੋ ਰਹੀ। ਕੀ ਕਹਿ ਕੀ ਰਹੇ ਇਹ ਸਾਨੂੰ ਕਹਿ ਰਹੇ, ਇਹ ਸਾਨੂੰ ਇੱਦਾਂ ਕਹਿ ਰਹੇ ਵੀ ਕੋਈ ਗੱਲ ਨਹੀਂ, ਘੰਟਿਆਂ ਤਾਂ 2 ਘੰਟਿਆਂ ਤਾਂ ਅਸੀਂ ਲੈ ਆਵਾਂਗੇ, ਅਸੀਂ ਆਪਦੀ ਕਾਰਵਾਈ ਕਰ ਲਵਾਂਗੇ, ਤੁਸੀਂ ਨਹੀਂ ਤਾਂ ਬੰਦਾ ਆਪ ਪੇਸ਼ ਕਰਾਓ। ਪੈਸੇ ਖਾਧੇ ਇਹਨਾਂ ਨੇ, ਅਸੀਂ ਕਿਵੇਂ ਬੰਦਾ ਪੇਸ਼ ਕਰਾਈਏ? ਬੰਦਾ ਪੇਸ਼ ਕਰਾਉਣਾ, ਲਿਆਉਣਾ ਇਹਨਾਂ ਦੀ ਜ਼ਿੰਮੇਵਾਰੀ ਬਣੀ। ਅੱਜ ਤੱਕ ਤੁਹਾਡੇ ਪਿੰਡ ਬਿਲਕੁਲ ਘਰ ਵਾਲੇ ਲਾਗੇ ਆ, ਕੋਈ ਵੀਡੀਓ ਸ਼ਾਇਦ ਤੁਸੀਂ ਬਣਵਾਈਆਂ ਉਹਨਾਂ ਦੀ? ਹਾਂਜੀ, ਵੀਡੀਓ ਬਣੀਆਂ।